ਅਸਲਾਮ ਵਾਲੇਕੁਮ ਤੁਸਾਰੇ ਦੇ ਪਿਓ ਮੇਰਾ ਯੂਟਿਊਬ ਚੈਨਲ ਜ਼ੈਨ ਟੀ ਵੀ ਕੋਟ ਜਾਈ ਅਤੇ ਫੇਸਬੁੱਕ ਪੇਜ ਜ਼ੈਨ ਟੀ ਵੀ ਕੋਟ ਜਾਈ। ਤੁਸਾਂ ਯੂਟਿਊਬ 'ਤੇ ਮੇਰੀ ਵੀਡੀਓ ਦੇ ਦਿਓ ਸੋ ਯੂਟਿਊਬ 'ਤੇ ਸਬਸਕ੍ਰਾਈਬ ਕੀਤਾ ਕਰੋ ਜਾਂ ਫੇਸਬੁੱਕ ਪੇਜ 'ਤੇ ਵੀ ਵੀਡੀਓ ਦੇ ਦਿਓ ਸੋ ਉਹ ਫੋਲੋ ਕੀਤਾ ਕਰੋ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋ ਸੀ। ਇਹ ਪਿੱਛੇ ਤੁਸੀਂ ਦੇਖਦੇ ਪਿਓ ਤਾਂ ਥਰੈਸ਼ਰ ਲੈ ਕੇ ਖੜੀਏ। ਅੱਜ ਤੱਕ ਮੈਂ ਦਿਖਾਉਂਦਾ ਪਿਆ ਥਰੈਸ਼ਰ ਦਾ ਸਾਰਾ ਨਿਜ਼ਾਮ, ਕਣਕ ਦਾ ਕਿ ਹਿਸਾਬ ਕਿਤਾਬ ਹੁੰਦਾ, ਅਤੇ ਮੈਂ ਥੋੜ੍ਹਾ ਥਰੈਸ਼ਰ ਦੇ ਨਜ਼ਦੀਕ ਵਹਿੰਦਾ ਪਈ ਹਾਂ, ਟੁਰਦਾ ਵਹਿਣਾ। ਇਹ ਦੇਖੋ ਇਹ ਪਿੱਛੂ ਪਸਾ ਲੱਗਾ ਪਈ ਹੈ, ਇਹ ਅੱਧੀ ਜ਼ਮੀਨ ਜਿਹੜੀ ਇਸ ਪਾਸੇ ਵਾਲੀ ਹੈ ਇੱਦਾਂ ਪਸਾ ਇਹ ਲੱਗਾ ਪਈ ਹੈ। ਉਹ ਤੋਂ ਮਾਸ਼ਾਅੱਲਾ ਜਿਹੜਾ ਮੌਸਮ ਹੈ, ਬਸ ਦੁਆ ਮੰਗੋ ਅੱਲਾ ਪਾਕ ਰਹਿਮ ਕਰੇ। ਜੱਟ ਦੀ ਬੜੀ ਮਿਹਨਤ ਹੁੰਦੀ ਹੈ, ਸਾਲਾਂ ਦੀ ਮਿਹਨਤ ਹੁੰਦੀ ਹੈ। ਅੱਲਾ ਪਾਕ ਕੋਲ ਦੁਆ ਮੰਗੋ ਕਿ ਬਾਰਿਸ਼ ਵਾਲਾ ਜਿਹੜਾ ਇਹ ਧੁੱਪ ਨਿਕਲ ਆਵੇ। ਬਾਰਿਸ਼ ਖੜ ਵਜੇ ਨਿੱਕੀ ਰਿਮ ਰਿਮ ਝਿਮ ਝਿਮ ਲੱਗੀ ਖੜੀ ਹੈ, ਬਹੁਤ ਜੱਟ ਪਰੇਸ਼ਾਨ ਹੈ। ਇਹ ਸਾਡੇ ਦੋਸਤ ਸਖਾਵਾ ਸ਼ਾਹ ਬੈਠਣ, ਇਹ ਅੱਬੂ ਬੈਠਾ, ਇਹ ਨੂੰ ਖਾਨ ਸਾਹਿਬ ਹੋਣਾ ਬੈਠਣ, ਇਹ ਜਿਹੜਾ ਕਣਕ ਜੋ ਭੂ ਨਿਕਦਾ ਨਾ ਭੂ, ਉਹ ਭੂ ਦਾ ਸੌਦਾ ਲਾਉਣ ਆਏ ਬੈਠਣ। ਇਹ ਟਰੈਕਟਰ ਦਾ ਡਰਾਈਵਰ ਸੁੱਤਾ ਪਿਆ, ਇਹ ਨਾਲ ਹੈਲਪਰ ਲੱਗਦੇ ਟਰੈਕਟਰ ਏ। ਇਹ ਆਮਿਰ ਖੜਾ ਹੈ, ਗੱਡੀਆਂ ਚਾਹ ਚਾਹ ਦਿੰਦਾ ਖੜਾ, ਨਾਲ ਕਰ ਕਰਕੇ ਦਿੰਦਾ ਖੜਾ। ਇਹ ਚਾਚਾ ਮਾਣਾ ਹੈ, ਇਹੋ ਸਾਰੀ ਜ਼ਮੀਨ ਵਾਈ ਪੀ ਹੈ, ਗੱਡੀਆਂ ਦਿੰਦਾ ਖੜਾ। ਇਹਨੂੰ ਥਰੈਸ਼ਰ ਵਿੱਚ ਦਾਣੇ ਨਿੱਕੇ ਨਿਕਲ ਗਏ ਆਉਣ ਵਾਸਤੇ, ਬੰਦਾ ਇਹਨੂੰ ਚਾਹੁੰਦਾ। ਇੱਥੋਂ ਵਾ ਢੇਰੀ ਜਮ੍ਹਾਂ ਥੀਂਦੀ ਹੈ, ਇੱਥੋਂ ਵੱਤ ਗੱਟੂਆਂ ਦੇ ਖੱਤੀਂਦੀ ਹੈ। ਇਸ ਪਾਸੋਂ ਥਰੈਸ਼ਰ ਭੂ ਕੱਢਦੀ ਹੈ, ਦੇਖੋ ਭੂ ਜਮ੍ਹਾਂ ਥੀ ਆ ਪਈ ਹੈ।